वाहेगुरु जी का खालसा, वाहेगुरु जी की फतेह। संगत जी, आज आप जी अगे भी भली प्रकार पता ही है, वो इंटरनेशनल पंथक दल दे बानी सिख कौम की माए नाज हस्ती सिंह साहिबान भाई साहब भाई जसवीर सिंह जी रोडे, सबका जथेदार श्री अकाल तख्त साहब ਅਤੇ ਜੇ ਮਰਦੇ ਮਜਾਏ ਦਮਦਮ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਥਾਂ ਵਾਲੇ, ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹੀਂ ਕਿ ਬਲਕਿ ਉਹ ਆਪ ਹੱਥੀਂ ਇਹ ਸੇਵਾਵਾਂ ਨਿਭਾਉਂਦੇ ਹੋਏ ਜੋ ਦਿੱਲੀ ਵਿਖੇ ਕਿਸਾਨ ਭਾਈਆਂ ਦੇ ਸਿੰਘਾਂ ਦੇ ਸੰਗਤ ਰੂਪ 'ਚ ਮੋਰਚੇ ਲੱਗੇ ਨੇ। ਤਕਰੀਬਨ ਪਿੱਛੇ 2.5 ਮਹੀਨਿਆਂ ਤੋਂ ਇੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ ਅਤੇ ਨਾਲ ਕੈਂਪ ਦਵਾਈਆਂ ਦੇ ਨਾਲ ਦਵਾਈਆਂ ਦੇ ਕੈਂਪ ਚੱਲ ਰਹੇ ਨੇ। ਦੋ ਇੱਕ ਇੱਥੇ ਕੈਂਪ ਚੱਲ ਰਿਹਾ ਹੈ, ਇੱਕ ਜਿਹੜਾ ਰਸੋਈ ਢਾਬੇ ਕੋਲ ਚੱਲ ਰਿਹਾ ਹੈ, ਖੁੰਡੀ ਬਾਰਡਰ KFC ਦੇ ਸਾਹਮਣੇ ਆ। ਆਪ ਜੀ ਨੂੰ ਅੱਗੇ ਵੀ ਬੜੀ ਪ੍ਰਕਾਰ ਪਤਾ ਹੈ, ਨਾਲ ਮਤਲਬ ਸਾਲ ਦਾ ਵੀ ਜਿਹੜਾ ਬਹੁਤ ਵੱਡਾ ਸਹਿਯੋਗ ਹੈ। ਸੋ ਸਾਧ ਸੰਗਤ ਜੀ, ਇਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਇਹ ਸਾਰੇ ਕਾਰਜ ਹੋ ਰਹੇ ਨੇ। ਦੋ ਮੈਡੀਕਲ ਕੈਂਪ ਜਿਹਨਾਂ ਵਿੱਚ ਹੋਮਿਓਪੈਥਿਕ, ਆਯੁਰਵੈਦਿਕ, ਐਲੋਪੈਥੀ, ਜਾਂ ਬਜ਼ੁਰਗਾਂ ਵਾਸਤੇ ਜਿਹੜਾ ਇਹ ਰੈਣ ਬਸੇਰਾ, ਨਾਲ ਦਸਤਾਰਾਂ ਦੇ ਲੰਗਰ ਇਹ ਦਿੱਲੀ ਵਿਖੇ ਇਹ ਮੋਰਚੇ ਲੱਗੇ ਨੇ। ਬਹੁਤ ਵੱਡੀਆਂ ਸੇਵਾਵਾਂ ਸਿੰਘ ਸਾਹਿਬ ਜੀ ਆਪ ਹੱਥੀਂ ਇੱਥੇ ਸੇਵਾਵਾਂ ਨਿਭਾ ਰਹੇ ਨੇ ਅਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਜਾਗਰਤੀ ਲਿਆ ਕੇ ਬਹੁਤ ਵੱਡੇ ਕਾਫਲੇ ਜੋ ਦਮਦਮੀ ਟਕਸਾਲ ਵੱਲੋਂ ਵੀ ਆਏ ਅਤੇ ਸਿੰਘ ਸਾਹਿਬ ਜੀ ਵੱਲੋਂ ਵੀ ਪਿੱਛੇ ਜਿਹੇ ਐਤਵਾਰ 31 ਤਰੀਕ ਨੂੰ ਇੱਥੇ ਪਹੁੰਚੇ ਸੀ। ਸੋ ਨਾਲ ਨਾਲ ਜਿਹੜਾ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ, ਜਿਹੜਾ ਖਾਸ ਸੰਦੇਸ਼ ਸਿੰਘ ਸਾਹਿਬ ਜੀ ਦਾ, ਇਹ ਸਫਾਈ ਵੱਲੇ ਜ਼ਰੂਰ ਵੱਧ ਤੋਂ ਵੱਧ ਧਿਆਨ ਦਿੱਤਾ ਜਾਏ। ਉਹਦੇ ਵਿੱਚ ਸਵੇਰ ਸ਼ਾਮ ਜਿੱਥੇ ਇਹ ਸਫਾਈਆਂ ਬੋਕਰ ਦੇ ਨਾਲ ਪਾਣੀ ਤਰੁੰਕਿਆ ਜਾ ਰਿਹਾ ਹੈ, ਇਹ ਵੀ ਨਾਲ ਸਮਾਵਾਂ ਆ ਸਾਡੇ ਜੋ ਤਾਊ ਜੀ ਨੇ ਜੋ ਹਰਿਆਣੇ ਤੋਂ, ਇਹ ਵੀ ਬਹੁਤ ਵੱਡੀ ਸਮਾਵਾਂ ਜਿੱਥੇ ਲੱਸੀਆਂ ਦੀ, ਦੁੱਧ ਦੀ, ਕਾਲੇ ਨਾਲ ਖੋਆ ਵੀ ਮਾਰ ਕੇ ਨਾ ਆਪਦੇ ਨਗਰਾਂ 'ਚੋਂ ਛਕਾਇਆ, ਪਾਣੀ ਤਰੁੰਕਣ ਦੀ ਸੇਵਾ ਅੱਖ ਬਹੁਤ ਵੱਡੀ ਹੈ। ਇਹ ਸਵੇਰ ਸ਼ਾਮ ਵੀ ਕਰਦੇ ਨੇ, ਇਹਨਾਂ ਦਾ ਵੀ ਧੰਨਵਾਦ। ਅਤੇ ਨਾਲ 24 ਘੰਟੇ ਜੋ ਲੰਗਰਾਂ ਦੀਆਂ ਸਮਾਵਾਂ ਵੀ ਬਹੁਤ ਵੱਡੇ ਪੱਧਰ 'ਤੇ, ਜਿੱਥੇ ਪੂੜੀ ਛੋਲੇ ਨਾਲ ਪਕੌੜਿਆਂ ਦੇ ਗੁਰੂ ਦੇ ਲੰਗਰ ਚੱਲ ਰਹੇ ਨੇ, ਸਾਰੀਆਂ ਸੇਵਾਵਾਂ ਨਿਭਾ ਰਹੇ ਨੇ ਇੱਥੇ ਜੋ ਸੰਤ ਬਾਬਾ ਸੁਨਾਮ ਸਿੰਘ ਗੱਡੀਆਂ ਵਾਲੇ, ਉਹਨਾਂ ਦੀ ਸਾਰਾ ਦੇਖ ਰੇਖ ਦੇ ਵਿੱਚ ਸਿੰਘ ਸਾਹਿਬ ਨੂੰ ਪੰਜਾਬ ਵੀ ਜਾਣਾ ਪੈਂਦਾ। ਇਹ ਘਰੋਂ ਬਹੁਤ ਦਿਨ ਤੋਂ ਇਹ ਵੀ ਇੱਥੇ ਜੋ 2.5 ਮਹੀਨਿਆਂ ਤੋਂ ਹੀ ਸਜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ 'ਤੇ ਵੀ ਬਖਸ਼ਿਸ਼ਾਂ ਕਰਨ, ਰਹਿਮਤਾਂ ਇਤਨੇ ਸੇਵਾਵਾਂ ਲਈ ਜਾਣ। ਸਾਡੇ ਗੁਰੂ ਰਾਮਦਾਸ ਹੋਸਪਿਟਲ ਤੋਂ ਸਾਜਨ ਸਿੰਘ ਜੀ, ਡਾਕਟਰ ਸਾਹਿਬਾਨ, ਉਹ ਵੀ ਨਾਲ ਤਨ ਮਨ ਧਾਨਾ ਸੇਵਾ ਜਿਹੜੀ ਆ ਕਰ ਰਹੇ ਨੇ, ਨਾਲ ਇੱਥੇ ਸੇਵਾ ਵੀ ਗੁਰੂ ਕੇ ਲੰਗਰਾਂ ਦੀ। ਉੱਥੇ ਡਾਕਟਰ ਜਪੀ ਸਿੰਘ ਡੀਨ ਯੂਨੀਵਰਸਿਟੀ ਗੁਰੂ ਰਾਮਦਾਸ ਹੋਸਪਿਟਲ ਦਾ ਵੀ ਧੰਨਵਾਦ ਹੈ, ਉਹ ਵੀ ਇੱਥੇ ਕੈਂਪਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਬੀਬੀ ਜਗੀਰ ਕੌਰ ਦਾ ਵੀ ਇੱਕੋ ਜਿਹੇ ਸੇਵਾਵਾਂ ਨਿਭਾ ਰਹੇ ਆ, ਇਸ ਵਾਸਤੇ ਵਧੀਆ ਉਪਰਾਲਾ, ਬਹੁਤ ਵੱਡਾ ਤਗੜਾ ਉਪਰਾਲਾ ਇਹਨਾਂ ਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਸਾਰੇ ਤਨ ਮਨ ਧਾਨਾ ਸੇਵਾ ਸੰਗਤਾਂ ਕਰਕੇ ਅਤੇ ਲਾਹਾ ਪ੍ਰਾਪਤ ਕਰਨ, ਵੱਧ ਤੋਂ ਵੱਧ ਗੁਰੂ ਕੇ ਸੰਗਤਾਂ ਇੱਥੇ ਪਹੁੰਚਣ ਅਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਜੋ ਕਾਲੇ ਕਾਨੂੰਨ ਜੋ ਮੋਦੀ ਸਰਕਾਰ ਵੱਲੋਂ ਬਣਾਏ ਗਏ ਨੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਗੁਰੂ ਕੀ ਬਾਣੀ ਦੇ ਪ੍ਰਵਾਹ ਵਿੱਚ ਚੱਲ ਰਹੇ ਪਾਠ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।